ਸਾਂ ਸੀ ਗੱਲ ਹੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਫਲਾਈਟ ਤੇ ਹੈਗੀ ਆ ਫਲਾਈਟਾਂ ਜਿੱਦਾਂ ਹੁਣ ਜਿਹੜੀ ਲੇਟੈਸਟ ਅਪਡੇਟ ਆ ਨਾ ਰਮਾਨੀਆ ਤੋਂ ਇੰਡੀਆ ਦੀ ਫਲਾਈਟ ਉਹਦੇ ਬਾਰੇ ਮੈਂ ਤੁਹਾਨੂੰ ਸਾਰੀ ਡਿਟੇਲ ਵਿੱਚ ਦੱਸੂਗਾ ਵੀ ਕਿੱਦਾਂ ਕਿੱਦਾਂ ਕੀ ਕੀ ਜਿਹੜੀ ਡਾਕੂਮੈਂਟ ਚਾਹੀਦੇ ਆ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਤੇ ਸਭ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਫਲਾਈਟਾਂ ਦੱਸ ਦਵਾਂ ਵੀ ਕਿਹੜੀਆਂ ਕਿਹੜੀਆਂ ਜਿਹੜੀਆਂ ਨਾ ਸਸਤੀਆਂ ਵਾਂ ਬਟ ਜੇ ਤੁਸੀਂ ਏਜੰਟਾਂ ਤੋਂ ਕਰਾਉਂਦੇ ਆ ਕਿੱਦਾਂ ਉਹ ਥੋੜੀਆਂ ਮਹਿੰਗੀਆਂ ਮਿਲਦੀਆਂ ਬਾਕੀ ਜਿਹੜੇ ਵੀਰ ਥੋੜੇ ਪੜੇ ਲਿਖਿਆ ਜਾਂ ਜਿਹਨਾਂ ਨੂੰ ਨੌਲੇਜ ਆ ਉਹ ਖੁਦ ਵੀ ਆਪ ਉਹ ਵੀ ਕਰ ਸਕਦੇ ਆ ਆਨਲਾਈਨ ਜਿੱਦਾਂ ਬੁਕਿੰਗ ਕਰ ਸਕਦੇ ਉਹ ਜਿਹੜੀਆਂ ਐਪ ਹੁੰਦੀਆਂ ਵਾ ਬੀਗੋ ਫਿਰ ਬੁਕਿੰਗ.com ਹੋ ਗਿਆ ਸੋ ਇਦਾਂ ਦੀ ਜਿਹੜੀਆਂ ਹੋ ਗਈਆਂ ਐਪ ਉਹਨਾਂ ਤੋਂ ਵੀ ਤੁਸੀਂ ਕਰ ਸਕਦੇ ਆ ਆਪ ਵੀ ਹਨਾ ਤੇ ਉਹਨਾਂ ਦਾ ਜਿੰਨ ਤੁਹਾਨੂੰ ਕਨਫਰਮ ਰੇਟ ਮਿਲ ਜਾਂਦੇ ਆ ਬਟ ਇਹਦੇ 'ਚ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਕਿ ਜਿਹੜੀ ਜਿਹੜੀ ਫਲਾਈਟ ਹੈ ਜਿਹੜੀ ਟਿਕਟਾਂ ਵਾ ਉਹ ਤੁਸੀਂ ਡਾਇਰੈਕਟ 에ਅਰਲਾਈਨ ਤੋਂ ਬੁੱਕ ਕਰੋ ਜੇ ਤੁਸੀਂ ਆਨਲਾਈਨ ਵੀ ਕਰਦੇ ਆ ਫਾਰ ਐਗਜ਼ਾਮਪਲ ਜੇ ਤੁਸੀਂ ਫ্লাই ਦੁਬਈ ਦੀ ਟਿਕਟ ਲੈਣੀ ਆ ਤੇ ਉਹਨਾਂ ਦੀ ਜਿਹੜੀ ਵੈਬਸਾਈਟ ਆ ਫ্লাই ਦੁਬਈ ਉਹਦੇ ਤੋਂ ਹੀ ਬੁੱਕ ਕਰੋ ਜੇ ਤੁਸੀਂ ਕਤਰ 에ਅਰਵੇਜ਼ ਦੀ ਟਿਕਟ ਲੈਣੀ ਆ ਤੇ ਤੁਸੀਂ ਕਤਰ 에ਅਰਵੇਜ਼ ਤੋਂ ਬੁੱਕ ਕਰੋ ਤੁਰਕਿਸ਼ ਵਾਲੀ ਤੁਰਕਿਸ਼ ਤੋਂ ਕਰੋ ਲਫਤਾਨਸ ਵਾਲੀ ਲਫਤਾਨਸ ਸਾਧ ਤੋਂ KLM ਵਾਲੀ KLM ਤੋਂ ਇਹਨਾਂ ਇੱਕ ਇਹਨਾਂ ਜਿਹੜਾ ਬੈਨੀਫਿਟ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਬੈਨੀਫਿਟ ਕੀ ਆ ਕਿ ਜੇ ਤੁਸੀਂ ਡਾਇਰੈਕਟ ਕਰਦੇ ਹੋ ਤਾਂ ਤੁਹਾਨੂੰ ਪਤਾ ਹੁੰਦਾ ਕਿ ਹਾਂ ਵੀ ਮੈਂ ਡਾਇਰੈਕਟ ਕੀਤੀ ਆ ਬੁੱਕ ਜੇ ਤੁਹਾਡੀ ਫੋਰ ਐਗਜ਼ਾਮਪਲ ਜੇ ਤੁਹਾਡੀ ਫਲਾਈਟ ਕੈਨਸਲ ਹੋ ਜਾਂਦੀ ਆ ਜਾਂ ਮਿਸ ਹੋ ਜਾਂਦੀ ਆ ਤੇ ਤੁਸੀਂ ਕਸਟਮਰ ਕੇਅਰ ਨੂੰ ਕਾਲ ਕਰਕੇ ਲੱਭ ਮਤਲਬ ਉਹਨਾਂ ਨਾਲ ਗੱਲ ਕਰ ਸਕਦੇ ਆ ਜਾਂ ਤੁਸੀਂ 에ਰਪੋਰਟ ਤੇ ਜਾਂਦੇ ਹੋ ਉੱਥੇ ਜੇ ਫਲਾਈ ਦੇ ਬਈ ਵਾਲੇ ਤੁਹਾਨੂੰ ਨਹੀਂ ਚੜਨ ਦਿੰਦੇ ਤੁਸੀਂ ਉਹਨਾਂ ਨੂੰ ਗੱਲ ਕਰ ਸਕਦੇ ਆ ਰੀਜ਼ਨ ਪੁੱਛ ਸਕਦੇ ਆ ਉਹਨਾਂ ਨੂੰ ਤੇ ਉਹਦੇ ਤੋਂ ਬਾਅਦ ਤੁਸੀਂ ਕਹਿ ਸਕਦੇ ਕਿ ਮੈਂ ਡਾਇਰੈਕਟ ਇੱਥੋਂ ਬੁੱਕ ਕੀਤੀ ਆ ਤੇ ਮੇਰੀ ਰਿਫੰਡ ਹੋ ਜੂਗੀ ਜਾਂ ਨਹੀਂ ਜੇ ਤੁਹਾਡੀ ਰਿਫੰਡੇਬਲ ਹੈਗੀ ਆ ਜਾਂ ਐਦਾਂ ਦਾ ਕੁਝ ਵੀ ਪ੍ਰੋਬਲਮ ਆ ਕਿਉਂਕਿ ਜਿਹੜੀ ਕਤਰੀਰ ਵੇਜ ਆ ਕਤਰੀ ਦੇ ਵਿੱਚ ਤੁਸੀਂ ਰਿਫੰਡ ਟਿਕਟ ਕਰਾਉਂਦੇ ਆ ਠੀਕ ਹੈ ਜੀ ਤੇ ਉਹਦੇ ਵਿੱਚ ਇਹ ਆ ਕਿ ਤੁਹਾਨੂੰ 1 ਮਹੀਨੇ ਦੇ ਵਿੱਚ ਵਿੱਚ ਰਿਫੰਡ ਪੈਸੇ ਆ ਜਾਂਦੇ ਆ ਮੈਨੂੰ ਵੀ ਆਏਗਾ ਕਿਉਂਕਿ ਮੈਂ ਕੀਤੀ ਸੀਗੀ ਤੇ ਤੁਰਕੀ ਸ਼ੇਅਰ ਲਾਈਨ ਦਾ ਵੀ ਮੇਰੇ ਨਾਲ ਹੋਇਆ ਸੀਗਾ ਤੁਰਕੀ ਸ਼ੇਅਰ ਲਾਈਨ ਦਾ ਮੇਰੇ ਨਾਲ ਦੋ ਵਾਰੀ ਇੱਕ ਪ੍ਰੋਬਲਮ ਹੋਈ ਆ ਪਹਿਲਾਂ ਮੈਂ ਕਿਸੇ ਹੋਰ ਵੈਬਸਾਈਟ ਤੋਂ ਜਿਹੜੀ ਬੁੱਕ ਕੀਤੀ ਸੀਗੀ ਇੱਕ ਵੈਬਸਾਈਟ agoda.com ਮੈਂ ਉਹਦੇ ਤੋਂ ਬੁੱਕ ਕੀਤੀ ਸੀ ਤੇ ਉਹਦੇ ਮੇਰੇ 5 ਮਹੀਨੇ ਬਾਅਦ ਪੈਸੇ ਆਏ ਤੇ ਉਹੀ ਫਲਾਈਟ ਫਿਰ ਮੈਂ ਹੁਣ ਥੋੜੇ ਦੇਰ ਟਾਈਮ ਪਹਿਲਾਂ ਬੁੱਕ ਕੀਤੀ ਸੀਗੀ 터ਕਿਸ਼ 에어ਲਾਈਨ ਦੀ ਜਿਹੜੀ ਫਲਾਈਟ ਆ ਉਹ 터ਕਿਸ਼ 에어ਲਾਈਨ ਦੀ ਵੈਬਸਾਈਟ ਤੋਂ ਜਿਹੜੀ ਮੈਂ ਬੁੱਕ ਕੀਤੀ ਸੀਗੀ ਤੇ ਉਹ ਮੇਰੇ ਇੱਕ ਵੀਕ ਦੇ ਵਿੱਚ ਹੀ ਪੈਸੇ ਆ ਗਏ ਸੀ ਯਾਨੀ ਉਹ ਇੱਕ ਵੀਕ ਤੋਂ ਇੱਕ ਮਹੀਨੇ ਦੇ ਵਿੱਚ 7 ਦਿਨ ਤੋਂ 28 ਦਿਨ ਦਾ ਟਾਈਮ ਦਿੰਦੇ ਆ ਕਿ ਉਹਦੇ ਵਿੱਚ ਵਿੱਚ ਤੁਹਾਡੇ ਪੈਸੇ ਆ ਜਾਣਗੇ ਤੇ ਉਹ ਪੈਸੇ ਆ ਗਏ ਸੀ ਸੋ ਇਦਾਂ ਦੀ ਜਿਹੜੀਆਂ ਚੀਜ਼ਾਂ ਮੇਰੇ ਨਾਲ ਪਰਸਨਲੀ ਹੋਈਆਂ ਵਾ ਕਤਰੀਰ ਵੇਚ ਦੀਆਂ ਵੀ ਹੋਇਆ ਵਾ ਤੇ 터ਕਿਸ਼ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਤੁਹਾਡੇ ਜਿਹੜੇ ਪੈਸੇ ਵੇਸਟ ਨਾ ਹੋਣ ਜਾਂ ਤੁਹਾਡੇ ਪੈਸੇ ਬਹੁਤ ਜ਼ਿਆਦਾ ਨਾ ਕੱਟ ਹੋਣ ਕਿ ਕਈ ਵਾਰੀ ਜਿਹੜੀਆਂ ਅ ਜਿਹੜੀਆਂ ਦੂਸਰੀਆਂ ਵੈਬਸਾਈਟ ਹੁੰਦੀਆਂ ਉਹ ਕਹਿੰਦੇ ਵੀ ਕਿ ਅਸੀਂ ਇੰਨਾ ਚਾਰਜ ਕੱਟ ਕੇ ਬਾਕੀ ਤੁਹਾਨੂੰ ਵਾਪਸ ਦੇਵਾਂਗੇ ਸੋ ਇਦਾਂ ਦੀ ਪ੍ਰੋਬਲਮ ਜਾਂ ਉਹ ਬਹੁਤ ਲੰਬਾ ਟਾਈਮ ਪਾਉਂਦੀਆਂ 3 ਮਹੀਨੇ 4 ਮਹੀਨੇ ਬਾਅਦ ਜਿਹੜੇ ਤੁਹਾਡੇ ਪੈਸੇ ਰਿਫੰਡ ਕਰਦੀਆਂ ਵਾ ਸੋ ਇਹ ਚੀਜ਼ਾਂ ਸੀਗੀਆਂ ਕਿ ਜੇ ਤੁਸੀਂ ਮਤਲਬ ਆਪ ਬੁੱਕ ਕਰੋ ਬਾਕੀ ਜਿਹੜੀ ਟਿਕਟਾਂ ਜਿਹੜੀ ਫਲਾਈ ਦਬਈ ਆ ਜਾਂ ਕਤ ਰੇਲਵੇ ਜਾਂ ਜਾਂ ਤੁਰਕੀਸ਼ 에ਅਰ ਲਾਈਨ ਇਹ ਕੋਈ 40 50 ਹਜ਼ਾਰ ਦੀ ਟਿਕਟ ਨਹੀਂ ਆ ਬਿਲਕੁਲ ਸਸਤੀ ਟਿਕਟਾਂ ਜਿਹੜੀ ਕਿ ਤੁਹਾਨੂੰ 30 ਹਜ਼ਾਰ ਜਾਂ 32 ਦੇ 30 ਹਜ਼ਾਰ ਦੇ ਵਿੱਚ ਵੀ ਜਿਹੜੀ ਤਾਂ ਇਹ ਟਿਕਟਾਂ ਮਿਲ ਜਾਣੀਆਂ ਵਾ ਉਹ ਤੁਹਾਨੂੰ ਤਾਂ ਮਿਲਣੀਆਂ ਜੇ ਤੁਸੀਂ ਇੱਕ ਹਫ਼ਤੇ ਤੋਂ 10 ਦਿਨ ਦਾ ਗੈਪ ਰੱਖ ਕੇ ਟਿਕਟ ਬੁੱਕ ਕਰਦੇ ਹੋ ਮੰਨ ਲਓ ਕਿ ਜਿੱਦਾਂ ਇੱਕ ਤਰੀਕ ਨੂੰ ਤੁਸੀਂ ਟਿਕਟ ਬੁੱਕ ਕਰਦੇ ਹੋ ਤੇ ਇੱਕ ਤਰੀਕ ਨੂੰ ਬੁੱਕ ਕਰਦੇ ਹੋ ਤੁਸੀਂ 10 ਤਰੀਕ ਦੀ ਟਿਕਟ ਬੁੱਕ ਕਰਨੀ ਜਾਂ 12 ਤਰੀਕ ਦੀ ਬੁੱਕ ਕਰਨੀ ਉਹਦੇ ਵਿੱਚ 10 ਦਿਨ ਦਾ ਗੈਪ ਹੋ ਗਿਆ ਤੇ ਉਹਦੇ ਵਿੱਚ ਤੁਹਾਨੂੰ ਜਿਹੜੀ ਟਿਕਟ ਸਸਤੀ ਮਿਲੂਗੀ ਜੇ ਤੁਸੀਂ ਇਹੀ ਟਿਕਟ 2 ਜਾਂ 3 ਦਿਨ ਦੇ ਵਿੱਚ ਕਰਦੇ ਆ ਬੁੱਕ ਫੋਰ ਐਗਜ਼ਾਮਪਲ ਤੁਸੀਂ 5 ਜਾਂ 6 ਨੂੰ ਜਾਣਾ ਆ ਉਹ ਤੁਹਾਨੂੰ ਮਹਿੰਗੀ ਮਿਲਣੀਆਂ ਸੋ ਇਦਾਂ ਦੀਆਂ ਪ੍ਰੋਬਲਮ ਆ ਜਿੰਨਾ ਤੁਸੀਂ ਥੋੜਾ ਜਿਹਾ ਗੈਪ ਰੱਖੋਗੇ ਹਫਤਾ ਜਾਂ 10 ਦਿਨਾਂ ਦਾ ਉਹ ਟਿਕਟ ਤੁਹਾਨੂੰ ਸਸਤੀ ਮਿਲੂਗੀ ਤੇ ਇਹਦੇ ਤੋਂ ਬਾਅਦ ਚ ਆ ਜਾਂਦੇ ਆ ਕਿ ਟਿਕਟ ਵਾਸਤੇ ਕੀ ਕੀ ਡਾਕੂਮੈਂਟ ਚਾਹੀਦੇ ਕਿਹੜੀ ਟਿਕਟ ਵਾਸਤੇ ਕੀ ਕੀ ਡਾਕੂਮੈਂਟ ਚਾਹੀਦੇ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਕਤਰੇਰ ਵੀਜ ਆ ਜੇ ਤੁਸੀਂ ਇੰਡੀਆ ਤੋਂ ਰូមੇਨੀਆ ਆਉਂਦੇ ਆ ਜਾਂ ਰូមੇਨੀਆ ਤੋਂ ਇੰਡੀਆ ਨੂੰ ਜਾਂਦੇ ਆ ਤੇ ਤੁਹਾਡੇ ਜੇ ਇੰਡੀਆ ਤੋਂ ਆਲੇ ਦੇ ਤੁਹਾਡੇ ਜਿਹੜੀ ਵੈਕਸੀਨ ਲੱਗੀ ਹੋਣੀ ਚਾਹੀਦੀ ਉਹ ਸਰਟੀਫਿਕੇਟ ਹੋਣਾ ਚਾਹੀਦਾ ਜੇ ਨਹੀਂ ਵੀ ਹੈਗੇ ਤੇ ਕੋਈ ਚੱਕਰ ਨਹੀਂ ਹੈਗਾ ਤੇ ਉਹ ਤੋਂ ਲਾਂਗਾਂ ਜਿਹੜਾ ਜੇ ਤੁਸੀਂ ਇੰਡੀਆ ਤੋਂ ਰਮਾਨੀਆ ਨਾਉਂਦੇ ਆ ਵਾਇਆ ਕਤਰ ਤੇ ਜਿਹੜੇ ਤੁਹਾਡੇ ਵੈਕਸੀਨ ਜੇ ਲੱਗੀ ਆ ਉਹਦੇ ਸਰਟੀਫਿਕੇਟ ਤੁਹਾਡੇ ਕੋਲ ਆ ਦੈਨ ਓਕੇ ਆ ਨਹੀਂ ਜਾਂ ਇੱਕ ਲੱਗੀ ਆ ਜਾਂ ਨਹੀਂ ਲੱਗੀ ਤੇ ਕੋਈ ਪ੍ਰੋਬਲਮ ਨਹੀਂ ਤੁਹਾਡੇ ਕੋਲ ਕੋਵਿਡ ਦਾ ਜਿਹੜਾ ਸਰਟੀਫਿਕੇਟ ਜਿਹੜਾ ਨੈਗੇਟਿਵ ਟੈਸਟ ਉਹ ਹੋਣਾ ਚਾਹੀਦਾ ਤੇ ਉਹ ਉਹ ਵੈਲਿਡ ਚੱਲਦਾ ਵਾ ਕਾਟਰੀ ਲਾਈਨ ਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ ਪਹਿਲਾਂ ਦਾ ਕਰਾਓ ਮਤਲਬ ਕਿ 48 ਆਵਰਸ ਇਤੋਂ ਬਾਅਦ ਫਲਾਈ ਦਬਈ ਫਲਾਈ ਦਬਈ ਤੋਂ ਜੇ ਤੁਸੀਂ ਇੰਡੀਆ ਤੋਂ ਰਮਾਨੀਆ ਆਉਣਾ ਜਰਮਾਨੀਆ ਤੋਂ ਇੰਡੀਆ ਨੂੰ ਜਾਣਾ ਤੇ ਉਹਦੇ ਵਾਸਤੇ ਕੀ ਰਿਕੁਆਇਰਮੈਂਟ ਆ ਅ ਜੇ ਤੁਸੀਂ ਇੰਡੀਆ ਤੋਂ ਰਮਾਨੀਆ ਨੂੰ ਆਉਨੇ ਆ ਫਲਾਈ ਦਬਈ ਦੇ ਵਿੱਚ ਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਜਿਹੜੀ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਇਹਨਾਂ ਦਿਨਾਂ ਵਿੱਚ ਜੇ ਤੁਸੀਂ ਇੰਡੀਆ ਤੋਂ ਰਮਾਨੀਆ ਆ ਰਹੇ ਤਾਂ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਆ ਫਲਾਈ ਦਬਈ ਦੀ ਵਿੱਚ ਦਬਈ ਦਾ ਵੀਜ਼ਾ ਟਰਾਂਜ਼ਿਟ ਵੀਜ਼ਾ ਲੈਣ ਦੀ ਬਿਲਕੁਲ ਲੋੜ ਨਹੀਂ ਹੈਗੀ ਤੇ ਜਦੋਂ ਵੀ ਇਹ ਵੀਜ਼ਾ ਇਸ਼ੂ ਕਰਨਗੇ ਜਾਂ ਕੁਝ ਇਦਾਂ ਦੀ ਰਿਕੁਆਇਰਮੈਂਟ ਰੱਖਣਗੇ ਤਾਂ ਮੈਂ ਤੁਹਾਨੂੰ ਉਹ ਵੀ ਭਾਵੇਂ 1 ਮਿੰਟ ਦੀ ਵੀਡੀਓ ਬਣਾ ਕੇ ਦੱਸਾਂ ਤੇ ਤੁਹਾਨੂੰ ਮੈਂ ਜ਼ਰੂਰ ਦੱਸ ਦੂੰਗਾ ਕਿ ਵੀਜ਼ੇ ਦੀ ਰਿਕੁਆਇਰਮੈਂਟ ਹੀ ਰੱਖ ਰਹੇ ਬਟ ਫਿਲਹਾਲ ਇਹਨਾਂ ਦਿਨਾਂ ਵਿੱਚ ਵੀਜ਼ੇ ਦੀ ਕੋਈ ਰਿਕੁਆਇਰਮੈਂਟ ਨਹੀਂ ਆ ਤੁਹਾਡੇ ਕੋਲ ਜਿਹੜਾ ਟੈਸਟ ਆ ਉਹ ਕੋਵਿਡ ਜੇ ਤੁਹਾਡੇ ਵੈਕਸੀਨ ਜਿਹੜੀ ਤੁਹਾਡੀ ਲੱਗੀ ਹੋਣੀ ਚਾਹੀਦੀ ਆ ਇੰਡੀਆ ਤੋਂ ਜੇ ਤੁਸੀਂ ਆ ਰਹੇ ਹੋ ਤੇ ਜਿਹੜਾ ਤੁਹਾਡਾ ਟੈਸਟ 48 ਘੰਟੇ ਦਾ ਜਿਹੜਾ ਵੈਲਿਡ ਹੋਣਾ ਚਾਹੀਦਾ 48 ਘੰਟੇ ਤੋਂ ਵੱਧ ਟਾਈਮ ਦਾ ਵੈਲਿਡ ਨਹੀਂ ਹੋਣਾ ਚਾਹੀਦਾ ਯਾਨੀ 48 ਆਵਰਸ ਦਾ ਤੁਹਾਡਾ ਟੈਸਟ ਹੋਣਾ ਚਾਹੀਦਾ ਵਾ ਤੇ ਜੇ ਤੁਸੀਂ ਰਮਾਨੀਆ ਤੋਂ ਇੰਡੀਆ ਜਾ ਰਹੇ ਹੋ ਤੇ ਇਹਦੇ ਵਾਸਤੇ ਵੀ ਸੇਮ ਤੁਹਾਡੇ ਕੋਲ ਜਿਹੜਾ ਵਾ ਟੈਸਟ ਔਫ 48 ਘੰਟੇ ਦਾ ਵੈਲਿਡ ਹੋਣਾ ਚਾਹੀਦਾ ਤੇ ਦੁਬਈ ਦਾ ਤੁਹਾਨੂੰ ਵੀਜ਼ਾ ਲੈਣ ਦੀ ਬਿਲਕੁਲ ਲੋੜ ਨਹੀਂ ਹੈਗੀ ਇਹਨਾਂ ਦਿਨਾਂ ਦੇ ਵਿੱਚ ਹੁਣ ਇਹ ਜਿਹੜਾ ਅਕਤੂਬਰ ਮਹੀਨੇ ਦੇ ਵਿੱਚ ਜੇ ਤੁਸੀਂ ਹੁਣ ਵੀਜ਼ਾ ਲੈਣ ਦੀ ਬਿਲਕੁਲ ਲੋੜ ਨਹੀਂ ਹੈਗੀ ਤੁਸੀਂ ਬਿਨਾ ਟ੍ਰਾਂਜ਼ਿਟ ਵੀਜ਼ਾ ਲੈ ਇੰਡੀਆ ਨੂੰ ਜਾ ਸਕਦੇ ਆ ਇਹ ਚ ਤੁਹਾਡੇ ਕੋਵਿਡ ਦੀ ਜਿਹੜੀ ਵੈਕਸੀਨ ਉਹ ਲੱਗੀ ਹੋਣੀ ਚਾਹੀਦੀ ਆ ਜੇ ਲੱਗੀ ਆ ਤਾਂ ਬਹੁਤ ਵਧੀਆ ਗੱਲ ਆ ਜਾਂ ਇੱਕ ਡੋਜ਼ ਲੱਗੀ ਆ ਜਾਂ ਦੋ ਉਹਦਾ ਕੋਈ ਉਹ ਨਹੀਂ ਹੈਗਾ ਮੈਟਰ ਇਹ ਆ ਕਿ ਜੇ ਤੁਸੀਂ ਇੰਡੀਆ ਤੋਂ ਆਉਂਦੇ ਤਾਂ ਵੈਕਸੀਨ ਨਹੀਂ ਲੱਗੀ ਤੇ ਇਹ ਤੁਹਾਨੂੰ 14 ਦਿਨ ਕਵਾਰਨਟਾਈਨ ਕਰ ਸਕਦੇ ਆ ਸੋ ਇਦਾਂ ਦੀਆਂ ਜਿਹੜੀਆਂ ਪ੍ਰੋਬਲਮ ਉਹ ਹੀ ਆਉਣੀਆਂ ਬਾਕੀ ਇਹ ਨਹੀਂ ਕਿ ਤੁਹਾਨੂੰ ਵਾਪਸ ਮੋੜ ਦੇਣਗੇ ਕਿ ਇਦਾਂ ਇਦਾਂ ਦਾ ਕੁਝ ਨਹੀਂ ਹੈਗਾ ਤੁਰਕੀ ਸ਼ੇਅਰ ਲਾਈਨ ਉਹ ਵੀ 72 ਘੰਟੇ ਵੈਲਿਡ ਆ ਇਸ ਤੋਂ ਬਾਅਦ KLM 48 ਆਵਰਸ ਵੈਲਿਡ ਆ ਤੇ ਲਫਤਾਨਸਾ ਉਹ ਵੀ 72 ਘੰਟੇ ਆ ਤੇ ਉਹ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਫਲਾਈਟਾਂ ਵਾਂ ਤੇ ਇਹਨਾਂ ਵਿੱਚ ਇੱਕ ਤੁਹਾਨੂੰ ਮੈਂ ਖਾਸ ਗੱਲ ਸਪੈਸ਼ਲੀ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਕਿਸੇ ਕੰਟਰੀ ਦੇ ਵਿੱਚੋਂ ਕਿਸੇ ਯੂਰੋਪੀਅਨ ਕੰਟਰੀ ਵਿੱਚੋਂ ਅਰਬ ਕੰਟਰੀ ਵਿੱਚੋਂ ਇੰਡੀਆ ਨੂੰ ਜਾ ਰਹੇ ਹੋ ਸਪੈਸ਼ਲੀ ਤੇ ਤੁਹਾਨੂੰ 에ਅ ਸੁਵਿਧਾ ਦੇ ਉੱਤੇ ਰਜਿਸਟ੍ਰੇਸ਼ਨ ਕਰਨਾ ਪੈਣਾ ਵਾ ਉਹ ਤੁਸੀਂ ਲਿਖਣਾ ਵਾ newdelhiairport.in ਦੇ ਉੱਤੇ ਜਦੋਂ ਤੁਸੀਂ ਜਾਓਗੇ ਤੇ ਬਾਅਦ ਵਿੱਚ ਤੁਸੀਂ newdelhi ਆ ਲਿਖਿਆ ਆ ਰਿਹਾ ਵਾ ਜਦੋਂ ਇਹ ਤੇ ਓਕੇ ਕਰੋਗੇ ਫਿਰ ਤੁਹਾਨੂੰ ਇਦਾਂ ਦਾ ਇੱਕ ਪੇਜ ਜਿਹੜਾ ਉਹ ਮਿਲੂਗਾ ਆ ਦੇਖੋ ਇਦਾਂ ਦਾ ਪੇਜ ਮਿਲੂਗਾ ਇੱਕ ਇਦਾਂ ਦਾ ਪੇਜ ਮਿਲੂਗਾ ਤਾਂ ਤੁਸੀਂ ਇੱਥੇ ਇੱਥੇ ਜਦੋਂ ਕਲਿੱਕ ਕਰੋਗੇ ਜੇ ਵੀ ਤੁਸੀਂ ਕਲਿੱਕ ਕੀਤਾ ਤੇ ਆਹ ਜਿਹੜੇ ਆਪਸ਼ਨ ਆ ਗਏ ਇਹਦੇ ਪਹਿਲਾਂ ਅਪਲਾਈ ਤੇ ਕਰਨਾ ਹੁੰਦਾ ਤੁਸੀਂ ਅਪਲਾਈ ਕਰਕੇ ਸਭ ਤੋਂ ਲਾਸਟ ਤੇ ਅਪਲਾਈ ਜਾਂ ਅਪਲਾਈ ਤੇ ਕਰਨਾ ਹੁੰਦਾ ਉੱਥੇ ਤੁਸੀਂ ਆਪਣਾ ਫਾਰਮ ਫਿਲ ਕਰਨਾ ਹੁੰਦਾ ਉਹ ਉਤਮਾਜ ਤੁਸੀਂ ਪਾਉਣੀ ਹੁੰਦੀ ਆਪਣੀ ਮੇਲ ਜਦੋਂ ਮੇਲ ਪਾਉਗੇ ਤਾਂ ਉੱਤੇ ਇੱਕ ਕਨਫਰਮ ਕੋਡ ਆ ਜਾਂਦਾ ਕਨਫਰਮ ਕੋਡ ਆਉਣ ਤੋਂ ਬਾਅਦ ਫਿਰ ਇਹਨੂੰ ਤੁਸੀਂ 셀ਫ ਡੈਕਲਰੇਸ਼ਨ ਫਾਰਮ ਦੇ ਉੱਤੇ ਓਕੇ ਉੱਤੇ ਓਕੇ ਕਰੋਗੇ ਸਭ ਤੋਂ ਉੱਪਰ ਜਿਹੜਾ ਵਾ ਜਿਹੜਾ ਮੇਲ ਦੇ ਉੱਤੇ ਜਿਹੜਾ ਆਇਆ ਸੀਗਾ ਕੋਡ ਉਹ ਤੁਸੀਂ ਉੱਤੇ ਪਾ ਕੇ ਬਾਕੀ ਬਾਅਦ ਤੋਂ ਫਿਰ ਉਹੀ ਡਿਟੇਲ ਪਾਉਣੀ ਹੁੰਦੀ ਆ ਕੋਵਿਡ ਦੀ ਜਿਹੜੀ ਨੈਗੇਟਿਵ ਰਿਪੋਰਟ ਉਹਦੇ ਤੇ ਪਾਉਣੀ ਹੁੰਦੀ ਆ ਉਹਦੇ ਤੋਂ ਬਾਅਦ ਜਿਹੜੀ ਤੁਹਾਡੀ ਫਲਾਈਟ ਆ ਉਹਦੀ ਫੋਟੋ ਕਾਪੀ ਪਾਉਣੀ ਹੁੰਦੀ ਆ ਤੇ ਪਾਸਪੋਰਟ ਦੀ ਫਰੰਟ ਪੇਜ ਦੀ ਫੋਟੋਕਾਪੀ ਪਾਉਣੀ ਹੁੰਦੀ ਆ ਪਾਉਣ ਦਵਾਜ ਫਿਰ ਥੱਲੇ ਇਹਨੂੰ ਸਬਮਿਟ ਕਰ ਦੇਣਾ ਹੁੰਦਾ ਵਾ 1 ਘੰਟੇ ਜਾਂ 1.5 ਘੰਟੇ ਦੇ ਵਿੱਚ ਇੱਕ ਅਪਰੂਵ ਆ ਜਾਂਦੀ ਆ ਤੇ ਉਹ ਅਪਰੂਵ ਜਿਹੜਾ ਪੇਪਰ ਆ ਜਾਂ ਤਾਂ ਤੁਸੀਂ ਤੁਸੀਂ ਉਹਨੂੰ ਉਹਦੀ ਫੋਟੋਕਾਪੀ ਕਰਾ ਸਕਦੇ ਹੋ ਉਹ ਵੀ ਚੱਲੂਗੀ ਨਹੀਂ ਤੇ ਤੁਸੀਂ ਆਪਣੀ ਮੇਲ ਦੇ ਵਿੱਚ ਵੀ ਇਹਦੇ ਲੀ ਰਿਪੋਰਟ ਤੇ ਦਿਖਾ ਸਕਦੇ ਹੋ ਜਾਂ ਇੱਥੇ ਜਿਹੜੀ ਫਲਾਈ ਦਬਈ ਜਾਂ ਕਤਰੇ ਰਵੇਜ ਆ ਜਾਂ ਦੂਜੀ ਕੋਈ ਵੀ ਮਤਲਬ 에ਅਰਲਾਈਨ ਆ ਕੋਈ ਵੀ 에ਅਰਲਾਈਨ ਨੂੰ ਤੁਸੀਂ ਦਿਖਾ ਸਕਦੇ ਆ ਤੇ ਤੁਹਾਨੂੰ ਜਿਹੜਾ ਵਾ ਉਹਨਾਂ ਨੂੰ ਕਨਫਰਮ ਹੋ ਜੂਗਾ ਉਹ ਚੈੱਕ ਕਰਨਗੇ ਸੋ ਇਹ ਇੱਕ ਜਿੱਦਾਂ ਮਤਲਬ ਕਿ ਫਲਾਈਟਾਂ ਬਾਰੇ ਸੀਗਾ ਅ ਇਨਫੋਰਮੇਸ਼ਨ ਬਾਕੀ 에ਰਪੋਰਟ ਦੇਤੇ ਜਿਹੜੇ ਬਾਕੀ ਕੋਵਿਡ ਦਾ ਟੈਸਟ ਆ ਜੇ ਕਿਸੇ ਨੂੰ ਨਹੀਂ ਪਤਾ ਹਨ ਤੇ ਜਿਹੜੀ ਕੋਵਿਡ ਦੀ ਫੀ ਕੋਵਿਡ ਦੇ ਟੈਸਟ ਦੀ ਫੀਸ ਆ ਰਮਾਨੀਆ ਵਿੱਚ ਉਹ ਥੋੜੀ ਮਹਿੰਗੀ ਆ 에ਰਪੋਰਟ ਜਿਹੜਾ ਜਿਹੜਾ ਬੁਕਾਰੇਸਟ 에ਰਪੋਰਟ ਆ ਇੰਟਰਨੈਸ਼ਨਲ ਰਿਪੋਰਟ ਉਹਦੇ ਸਾਹਮਣੇ ਬਾਹਰ ਉਹਦੇ ਸਾਹਮਣੇ ਕੋਵਿਡ ਦਾ ਟੈਸਟ ਹੁੰਦਾ ਉਹ 275 ਰੁਪਏ ਲੀ ਲੈਂਦੇ ਆ 275 ਨੂੰ ਇੰਡੀਆਜ ਕਨਵਰਟ ਕਰ ਲਓ ਇੰਡੀਅਨ ਦੇ ਵਿੱਚ ਕੋਈ 4 ਤੋਂ 5000 ਦੇ ਨੇੜੇ ਤੇੜੇ ਪੈਸੇ ਜਿਹੜੇ ਬਣ ਜਾਂਦੇ ਆ ਸੋ ਉਹ ਇੰਨੇ ਪੈਸੇ ਲੈਂਦੇ ਉੱਥੇ ਜਿਹੜਾ ਕੋਵਿਡ ਟੈਸਟ ਹੁੰਦਾ ਵਾ ਜੇ ਤੁਸੀਂ ਸਵੇਰੇ ਫੋਰ ਐਗਜ਼ਾਮਪਲ 9 ਵਜੇ ਕਰਾ ਕੇ ਆਉਂਦੇ ਆ ਤੇ ਸ਼ਾਮੀ ਤੁਹਾਨੂੰ 4:00 5:00 ਵਜੇ ਉਹ ਜਿਹੜਾ ਟੈਸਟ ਦੀ ਰਿਪੋਰਟ ਮਿਲ ਜਾਂਦੀ ਆ ਤੁਹਾਡੇ ਟੈਸਟ ਦੀ ਤੇ ਜੇ ਤੁਸੀਂ ਉਹ ਤੋਂ ਇਲਾਵਾ ਆਪਣੀ ਸਿਟੀ 'ਚ ਕਰਾਉਂਦੇ ਆ ਤੇ ਅਲੱਗ-ਅਲੱਗ ਸਿਟੀਆਂ ਦੇ ਅਲੱਗ-ਅਲੱਗ ਚਾਰਜ ਹੋ ਸਕਦੇ ਆ। ਕਈ ਥਾਂ ਤੇ ਰਜਿੰਨਾ ਮਾਰੀ ਵਾਲੇ ਜਿਹੜੇ ਹਸਪੀਟਲ ਆ ਉਹ 290, 312 ਇਦਾਂ ਵੀ ਕੁਝ ਲੈਂਦੇ ਆ। 280 ਇਦਾਂ ਲੈਂਦੇ ਆ। ਬਾਕੀ ਇੱਕ ਹੋਰ ਇਹਦੇ ਵਾਂਗ ਹਰ ਬੰਦੇ ਦੀ ਹੈਲਪ ਹੋ ਸਕਦੀ ਆ ਕਿ ਤੁਸੀਂ ਰਮਾਨੀ ਵਿੱਚ ਜਿਹੜੇ-ਜਿਹੜੇ ਵੀ ਸਿਟੀ 'ਚ ਰਹਿੰਦੇ ਆ ਥੱਲੇ ਕਮੈਂਟ ਕਰਕੇ ਦੱਸ ਦਿਓ ਕਿ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਇਸ ਪਾਸੇ ਉੱਥੇ ਜੇ ਕਿਸੇ ਨੂੰ ਪਤਾ ਹੈਗਾ ਵੀ ਉੱਥੇ ਕੋਵਿਡ ਦੀ ਫੀਸ ਕਿੰਨੀ ਆ ਤੁਸੀਂ ਉਹ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਜੇ ਕੋਈ ਬੰਦਾ ਵੀਡੀਓ ਦੇਖੇ ਤੇ ਜੇ ਉਹਨੂੰ ਉਹ ਜਿਉਂ ਮਤਲਬ ਤੁਹਾਡੀ ਜਿਹੜੀ ਸਿਟੀ ਤੁਸੀਂ ਥੱਲੇ ਪਾਈਆਂ ਵਾ ਹਨ ਜੇ ਉਸ ਸਿਟੀ ਦਾ ਉਹ ਉਹਨੂੰ ਚੈੱਕ ਕਰ ਸਕੇ ਕਨਫਰਮ ਕਰ ਸਕੇ ਹਾਂ ਵੀ ਏਸੀਡੀ ਵਿੱਚ ਐਨਾ ਰੇਟ ਆ ਤਾਂ ਉਹ ਜਾ ਕੇ ਉਹ ਕੋਵਿਡ ਦਾ ਟੈਸਟ ਕਰਾ ਸਕਦਾ ਉਹਦੇ ਵਿੱਚ ਉਸ ਬੰਦੇ ਦੇ ਥੋੜੇ ਬਹੁਤੇ ਪੈਸੇ ਜਿਹੜੇ ਸੇਵ ਹੋ ਸਕਦੇ ਆ ਬਚ ਸਕਦੇ ਆ ਤੇ ਨਾਲੇ ਉਹਨੂੰ ਥੋੜੀ ਬਹੁਤਾ ਪਤਾ ਲੱਗ ਜਾਊਗਾ ਜੇ ਕਿਸੇ ਨੂੰ ਨਹੀਂ ਵੀ ਪਤਾ ਕੋਵਿਡ ਦਾ ਟੈਸਟ ਕਿੱਥੋਂ ਹੋਣਾ ਵਾ ਜਾਂ ਕਿੱਦਾਂ ਸੋ ਇਹ ਸੀਗੀ ਅੱਜ ਦੀ ਵੀਡੀਓ ਨੇ ਤੁਹਾਨੂੰ ਕੀ ਲੱਗੀ ਆ ਤਾਂ ਲਾਈਕ ਤੇ ਸ਼ੇਅਰ ਕਰੋ